ਲਓ ਜੀ, ਸਭ ਤੋਂ ਪਹਿਲਾਂ ਮੈਂ ਆਵਾਜ਼ ਦੇਣ ਜਾ ਰਹੀ ਹਾਂ ਸਰੀ ਦੀ ਰਾਜਦੀਪ ਧਾਲੀਵਾਲ। ਆਈ ਲਾਈਕ ਦੈਟ, ਦੈਟਸ ਗੁੱਡ। ਲੈਟਸ ਮੇਕ ਲਿਟਲ ਬਿਟ ਮੋਰ ਨੋਇਸ। ਵੈਰੀ ਗੁੱਡ ਰਾਜਦੀਪ, ਆ ਜਾ ਬੀਬਾ, ਮਾਟਕ ਮਟਕ ਕੇ ਆਉਂਦੇ। ਲਓ ਜੀ ਰਾਜਦੀਪ, ਤੁਹਾਡਾ ਟੈਲੈਂਟ ਰਾਊਂਡ ਦੇ ਵਿੱਚ ਸਵਾਗਤ ਕਰ ਰਹੇ ਹਾਂ ਅਸੀਂ। ਸਵਾਈ ਗਾਉਣ ਤੋਂ ਹੋਰ ਤੁਸੀਂ ਕਿਸੇ ਕਿਸਮ ਦਾ ਵੀ ਜਿਹੜਾ ਤੁਸੀਂ ਟੈਲੈਂਟ ਆਪਣੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਸਕਦੇ ਹੋ, ਜ਼ਰੂਰ ਕਰੋ। ਥੈਂਕ ਯੂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਅਤੇ ਨਿੱਕੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਲੋਕ ਗੀਤ ਗਾਉਣ ਜਾ ਰਹੀ ਹਾਂ। ਮੇਰੇ ਖਿਆਲ ਇਹ ਸਾਰਿਆਂ ਨੇ ਸੁਣਿਆ ਹੀ ਹੋਣਾ ਆ, ਸੋ ਜੇ ਤੁਸੀਂ ਮੇਰੇ ਨਾਲ ਗਾਣਾ ਚਾਹੋਗੇ ਤਾਂ ਬਹੁਤ ਵਧੀਆ। ਅਤੇ ਹੁਣ ਇਸ ਤੋਂ ਬਾਅਦ ਅਗਲੀ ਬੱਚੀ ਜੋ ਆ ਰਹੀ ਆ ਇਹ ਐਵਸਫੋਰਡ ਰਹਿਣ ਵਾਲੀ ਆ, ਅਤੇ ਹੁਣ ਤੁਹਾਡੇ ਸਾਹਮਣੇ ਆ ਰਹੀ ਆ ਸਵਨੀਤ ਖੋਸਾ। ਵਨ ਜਾਰਾ ਮਾਰੀ ਮੇਰੀ ਜਾਨ
ਬਹੁਤ ਹੀ ਵਧੀਆ ਰਾਉਂਡ ਵੀ ਪਿੱਪਲਾਂ ਵੀ ਲੰਘੇ ਆਈ ਬੇਰੀਆਂ ਵੀ ਲੰਘੇ ਆਈ ਪਿੱਪਲਾਂ ਵੀ ਲੰਘੇ ਆਈ ਬੇਰੀਆਂ ਵੀ ਲੰਘੇ ਆਈ ਲੰਘਣੋ ਰਹਿ ਗਿਆ ਅਕਵੇ ਹਾਈ ਲੰਘਣੋ ਰਹਿ ਗਿਆ ਅਕਵੇ ਮੇਰਾ ਖਾਏ ਮਰੋੜਾ ਗੰਧਲ ਵਰਗਾ ਲੱਗਵੇ ਹੁਣ ਮੈਂ ਬੋਲੀ ਕਿਉਂ ਪਾਈ ਇਸ ਕਰਕੇ ਪਾਈ ਕਿ ਜਿਹੜੀ ਸਾਡੀ ਅਗਲੀ ਕੰਟੈਸਟੈਂਟ ਹੈ ਉਹ ਇਹਨੇ ਕੋਈ ਪਿੱਪਲਾਂ ਬੋੜਾਂ ਦੀਆਂ ਕੋਈ ਗੱਲਾਂ ਕਰਨਾ ਚਾਹੁੰਦੀ ਹੈ ਸੋ ਫਿਰ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਆ ਰਹੀ ਹੈ ਤਰਨਜੀਤ ਪਰਮਾਰ ਸਾਰਿਆਂ ਨੂੰ ਮੇਰੇ ਵੱਲੋਂ ਨਿੱਘਾ ਸਵਾਗਤ ਮੈਂ ਆਪ ਸਭ ਦੇ ਸਾਹਮਣੇ ਸਾਡੇ ਪਿੰਡਾਂ ਦੀ ਲਿਖੀ ਹੋਈ ਇੱਕ ਕਵਿਤਾ ਬਾਰੇ ਦੱਸਣਾ ਚਾਹਾਂਗੀ ਇਹ ਕੁਝ ਲਾਈਨਾਂ ਇਸ ਤਰ੍ਹਾਂ ਹਨ ਪਿੱਪਲਾਂ ਦੇ ਸੰਗ ਬੋੜ ਗਵਾਲੇ ਬੋੜਾਂ ਦੇ ਸੰਗ ਛਾਵਾਂ ਟਾਲੀਆਂ ਗਈਆਂ ਆਏ ਸਫੈਦੇ ਪੀਂਘਾਂ ਕਿੱਥੇ ਪਾਵਾਂ ਮੈਂ ਪੀਂਘਾਂ ਕਿੱਥੇ ਪਾਵਾਂ ਚੁੰਝ ਵਿੱਚ ਤਿਨਕਾ ਲਈ ਪਰਿੰਦਾ ਉੱਡਿਆ ਚਾਰ ਚੁਫੇਰੇ ਚੁੰਝ ਵਿੱਚ ਤਿਨਕਾ ਲਈ ਪਰਿੰਦਾ ਉੱਡਿਆ ਚਾਰ ਚੁਫੇਰੇ ਜੂਹਾਂ ਦੇਸੀ ਬਿਰਖ ਦਸੌਰੀ ਕਿੱਧਰ ਆਲਣਾ ਪਾਵਾਂ ਵੇ ਮੈਂ ਕਿੱਧਰ ਆਲਣਾ ਪਾਵਾਂ ਪਿਛਲੀ ਰਾਤੀ ਚੜੀ ਹਨੇਰੀ ਕਰ ਗਈ ਤਿੱਲਾ ਤਿੱਲਾ ਪਿਛਲੀ ਰਾਤੀ ਚੜੀ ਹਨੇਰੀ ਕਰ ਗਈ ਤਿੱਲਾ ਤਿੱਲਾ ਲੁਕ ਛੁਪ ਕੋਈ ਬਚੀ ਕਰੰਬਲ ਪੱਤਰ ਟਾਵਾਂ ਟਾਵਾਂ ਵੇ ਪੱਤਰ ਟਾਵਾਂ ਟਾਵਾਂ ਗੁਰਪੀਰਾਂ ਦੀ ਇਹ ਧਰਤੀ ਗੁਰਪੀਰਾਂ ਦੀ ਇਹ ਧਰਤੀ ਥਾਹਾਂ ਮਾਰ ਕੇ ਰੋਵੇ ਗੁਰਪੀਰਾਂ ਦੀ ਇਹ ਧਰਤੀ ਥਾਹਾਂ ਮਾਰ ਕੇ ਰੋਵੇ ਜਿਉ ਕੋਈ ਲਾੜੀ ਸੱਜ ਵਿਆਹੀ ਲੁੱਟ ਲਈ ਆਪ ਕਹਾਰਾਂ ਵੇ ਲੁੱਟ ਲਈ ਆਪ ਕਹਾਰਾਂ ਪਿਪਲਾਂ ਦੇ ਸੰਗ ਬੋੜ ਗਵਾਲੇ ਬੋੜਾਂ ਦੇ ਸੰਗ ਛਾਵਾਂ ਟਾਲੀਆਂ ਗਈਆਂ ਆਏ ਸਫੈਦੇ ਪੀਂਘਾਂ ਕਿੱਥੇ ਪਾਵਾਂ ਮੈਂ ਪੀਂਘਾਂ ਕਿੱਥੇ ਪਾਵਾਂ ਧੰਨਵਾਦ ਅਗਲੀ ਜਿਹੜੀ ਕੰਟੈਸਟੈਂਟ ਸਾਡੇ ਲਈ ਇੱਥੇ ਆ ਰਹੀ ਹੈ ਉਹਦੇ ਜੋ ਵੀ ਉਸਨੇ ਪੇਸ਼ ਕਰਨਾ ਉਹਦੇ ਲਈ ਜ਼ਰੂਰੀ ਬਣਦਾ ਕਿ ਮੈਂ ਇੱਕ ਥੋੜ੍ਹੀ ਜਿਹੀ ਇੰਟਰੋਡਕਸ਼ਨ ਦਿਆਂ ਹਰਵੇ 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 ਵੀ ਮੇਰਾ ਮਾਝੇ ਸਾਗ ਨਾ ਕਰਵੇ ਹਰਵੇ 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 ਵੀ ਮੇਰਾ ਮਾਝੇ ਸਾਗ ਨਾ ਕਰਵੇ ਹਾਏ ਮਾਝੇ ਦੇ ਜੱਟ ਬੁਰੇ ਸੁਣੀ ਦੇ ਮਾਝੇ ਦੇ ਜੱਟ ਬੁਰੇ ਸੁਣੀ ਦੇ ਗੁੱਤੋਂ ਲੈਂਦੇ ਫੜਵੇ ਮੇਰਾ ਉਡੇ ਡੋਰੀਆ ਮਹਿਲਾਂ ਵਾਲੇ ਕਰਵੇ ਮੇਰਾ ਉਡੇ ਡੋਰੀਆ ਮਹਿਲਾਂ ਵਾਲੇ ਕਰਵੇ ਸੋ ਜਾਂ ਤਾੜੀਆਂ ਮਾਰ ਦੇਵੋ ਘਰ ਦਾ ਪ੍ਰੋਗਰਾਮ ਆਪਾਂ ਹੱਸਾਂ ਗਾਵਾਂਗੇ ਅਤੇ ਹੋਰ ਕੋਈ ਗਾਊਗਾ ਨਾਲੇ ਮੈਨੂੰ ਪਤਾ ਤੁਹਾਡੇ ਸਾਰਿਆਂ ਦਾ ਨੱਚਣ ਨੂੰ ਵੀ ਜੀ ਕਰਦਾ ਜਦੋਂ ਮੈਂ ਬੋਲੀ ਪਾਉਂਦੀ ਹਾਂ ਮੈਨੂੰ ਪਤਾ ਲੱਗ ਜਾਂਦਾ ਅਤੇ ਜਿਹੜੀ ਅਗਲੀ ਕੰਟੈਸਟੈਂਟ ਸਾਡੇ ਕੋਲ ਆ ਰਹੀ ਹੈ ਉਹ ਵੀ ਬਾਬਲ ਦੇ ਅੱਗੇ ਕੋਈ ਗੁਜ਼ਾਰਿਸ਼ ਕਰਨ ਜਾ ਰਹੀ ਹੈ ਅਤੇ ਬੜੇ ਪਿਆਰ ਦੇ ਨਾਲ ਮੈਂ ਆਪਦੇ ਰੂਬਰੂ ਕਰਨ ਜਾ ਰਹੀ ਹਾਂ ਪਰਮ ਰੂਪ ਚੰਦੀ ਨੂੰ ਪਹਿਲਾਂ ਇੱਥੇ ਬੈਠੇ ਜੱਜ ਸਾਹਿਬਾਨ ਅਤੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪਰਮਰੂਪ ਚੰਦੀ ਆ ਅਤੇ ਮੈਂ ਸਰੀ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਪੰਜਾਬੀ ਲੋਕ ਗੀਤ ਪੇਸ਼ ਕਰਨ ਜਾ ਰਹੀ ਹਾਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗਾ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਜੁਗ ਜੁਗ ਜੀਵਨ ਸ਼ਾਲਾ ਮੇਰੇ ਸੋਹਣੇ
बच्ची जिहड़ी आ रही है उसने एक फोक सोंग तुहाडे नाल सांझा करना ते इस दे लई मेरा जी करदा कि दो अक्खर मैं भी कह दे पैरी ही मेरे चांजर नी मैं चांजर पिजण तो हाय नी चांजर पिजण तो पैरी ही मेरे चांजर नी मैं चांजर पिजण तो डरदी नी कर सास कपतड़ी हाय सास कपतड़ी लड़दी नी मैनू इको कड़ा हाय इको कड़ा हाय इको कड़ा पढ़ लैण दियो नी। थैंक यू। मैं इस करके गाया क्योंकि जो बच्चा हुण आ रहा है उसने बहुत ही सोहना गाना गाना। मैं आवाज दे रही हूँ तुहाडियां ताड़ियां दी गूंज दे विच जसमीन जा। मेरे वालों प्यापरी सत श्री अकाल। मैं थोड़े मुड़े एक सुहाग पेश कर जा रही हाँ, उम्मीद है कि थोड़ा पसंद आएगा। उच्चिया लम्मिया डालिया वे कोई विच गुजरी दी पिंग माया बेलिया वे कोई विच गुजरी मैं तेनू याद करा जद
ਚੱਟੀਆਂ ਨੇ ਸੂਟਾਂ ਨੂੰ ਲਵਾ ਲਈਆਂ ਪੱਟੀਆਂ, ਲਵਾ ਲਈਆਂ ਪੱਟੀਆਂ, ਕਿਉਂ ਸੂਲੀ ਤੇ ਟੰਗਿਆ, ਕਿਉਂ ਸੂਲੀ ਤੇ ਟੰਗਿਆ ਮੈਨੂੰ ਮੇਰਿਆ ਲਿਖਾ, ਕਿਉਂ ਸੂਲੀ ਤੇ ਟੰਗਿਆ ਮੈਨੂੰ ਮੇਰਿਆ ਲਿਖਾ। ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ, ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ। ਧੰਨਵਾਦ। ਲਓ ਜੀ ਹੁਣ ਆਪਾਂ ਅਗਲੇ ਕੰਟੈਸਟੈਂਟਸ ਨੂੰ ਆਵਾਜ਼ ਦਿੰਦੇ ਹਾਂ। ਬੱਚਾ ਬੜਾ ਪਿਆਰਾ ਜੀ, ਪਰ ਉਹਦੇ ਲਈ ਐ ਇੰਨੀ ਸੋਹਣੀ ਜੀ ਤਿਆਰ ਹੋਈ ਹੈ, ਤੇ ਉਹਦੇ ਲਈ ਬੋਲੀ ਗਾਉਣੀ ਤਾਂ ਬਣਦੀ ਬਣਦੀ ਆ ਬਈ। ਆਉਂਦਾ ਤੁਸੀਂ ਹੰਗਾਰਾ ਦਿਓ, ਹੁਣ ਬਾਤ ਅੱਗੇ ਕਿਵੇਂ ਚੱਲੋ। ਜੁੱਤੀ ਤਿੱਲੇਦਾਰ ਪਾ ਕੇ ਸੋਹਣੀ ਪੱਗੜੀ ਸਜਾ ਕੇ, ਜੁੱਤੀ ਤਿੱਲੇਦਾਰ ਪਾ ਕੇ ਸੋਹਣੀ ਪੱਗੜੀ ਸਜਾ ਕੇ, ਮਿੱਤ ਖੜ ਤਾਂ ਮੋੜ ਤੇ ਬਣ ਠਣ ਕੇ, ਨਿੱਤ ਖੜ ਦਾ ਮੋੜ ਤੇ ਬਣ ਠਣ ਕੇ, ਤੈਨੂੰ ਪਟਣਾ ਮੈਂ ਮੁੰਡਿਆ ਪਟੋਲਾ ਬਣ ਕੇ, ਤੈਨੂੰ ਪਟਣਾ ਮੈਂ ਮੁੰਡਿਆ ਪਟੋਲਾ ਬਣ ਕੇ। ਲਓ ਜੀ ਵੈਰੀ ਗੁੱਡ, ਥੈਂਕ ਯੂ ਭਾਜੀ। ਬਣਦਾ ਸੀ ਬੋਲੀ ਤਾਂ ਮੰਗਦੀ ਹੈ ਜੀ। ਲਓ ਜੀ ਫਿਰ ਬਹੁਤ ਹੀ ਪਿਆਰ ਦੇ ਨਾਲ ਜਿਹੜਾ ਸਾਡਾ ਪਟੋਲਾ ਅਗਲਾ ਆ ਰਿਹਾ ਉਹਨੂੰ ਮੈਂ ਆਵਾਜ਼ ਦੇ ਰਹੀ ਹਾਂ, ਸੁਮਨਪ੍ਰੀਤ ਚੰਦੀ। ਮਾਨ ਯੋਗ ਜੱਜ ਸਾਹਿਬਾਨ ਅਤੇ ਪੰਜਾਬੀਅਤ ਨੂੰ ਅੱਗੇ ਵਧਾਉਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਅੱਜ ਟੱਪੇ ਸੁਣਾਵਾਂਗੀ। ਮੇਰੀ ਆਵਾਜ਼ ਥੋੜ੍ਹੀ ਬੈਠੀ ਹੋਈ ਹੈ, ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਚੰਗਾ ਗਾ ਸਕਾਂ। ਸੂਈ ਵੇ ਸੂਈ ਟੰਗੀ ਪੰਗੂੜੇ ਪੈ ਗਏ ਪਿਆਰ ਤੇਰੇ ਨਾਲ ਜੁੜ ਜਾਲ ਮਾਂ ਸੂਈ ਵੇ, ਹਾਏ ਜਾਲ ਮਾਂ ਸੂਈ ਵੇ। ਸੂਈ ਵੇ ਸੂਈ ਟੰਗੀ ਪਰ ਸ਼ਕਤੀ ਮੇਰੀ ਮਾਂ ਬੜੀ ਕਪੱਤੀ, ਜਾਲ ਮਾਂ ਸੂਈ ਵੇ, ਹਾਏ ਜਾਲ ਮਾਂ ਸੂਈ ਵੇ। ਸੂਈ ਵੇ ਸੂਈ ਨਸੀ ਤਾ ਚੱਗਾ, ਮੈਨੂੰ ਤੀਰ ਇਸ਼ਕ ਦਾ ਲੱਗਾ, ਮੇਰਾ ਹੋ ਗਿਆ ਐ ਰੰਗ ਪੱਗਾ, ਜਾਲ ਮਾਂ ਸੂਈ ਵੇ, ਹਾਏ ਜਾਲ ਮਾਂ ਸੂਈ। ਸੂਈ ਵੇ ਸੂਈ ਟੰਗੀ ਸਰਾਣੇ, ਮੇਰੀ ਨਣਦ ਬਣਾ ਲੈ ਦਾਣੇ, ਮੇਰੀ ਸੱਸ ਨਾ ਵੰਡਣਾ ਜਾਣੇ, ਘਰ ਵਿੱਚ ਹੋ ਗਏ ਕਾਣੇ ਮਾੜੇ, ਚਾਲ ਮਾਂ ਸੂਈ ਵੇ, ਹਾਏ ਬਾਲ ਮਾਂ ਸੂਈ ਵੇ। ਧੰਨਵਾਦ। ਜਿਹੜੀ ਕੰਟੈਸਟੈਂਟ ਅਗਲੀ ਆਪਣੇ ਸਾਹਮਣੇ ਆ ਰਹੀ ਹੈ, ਉਹ ਬੱਚਾ ਆਪਣੇ ਪੰਜਾਬ ਦੇ ਉਸ ਇਤਿਹਾਸ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ, ਤੇ ਉਹੀ ਮਾਣ ਉਹੀ ਸਤਿਕਾਰ ਅੱਜ ਵੀ ਆਪਾਂ ਇੱਕ ਦੂਜੇ ਵਿੱਚ ਪਾਲਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਮੈਂ ਰੂਬਰੂ ਕਰ ਰਹੀ ਹਾਂ ਤੁਹਾਡੇ ਰਮਨਜੀਤ ਚੀਮਾ। ਮੇਰੇ ਵੱਲੋਂ ਪ੍ਰਬੰਧਕਾਂ, ਜੱਜਸ ਅਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਧੁਨਿਕ ਯੁੱਗ ਤੋਂ ਲੈ ਕੇ ਮਨੁੱਖ ਨੇ ਔਰਤ ਮਨੁੱਖ ਨੂੰ ਮੋਢੇ ਨਾਲ ਮੋਢਾ ਜੋੜ ਕੇ ਵਿਸ਼ੇ ਪੱਖ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ, ਪਰੰਤੂ ਫਿਰ ਵੀ ਕੁਝ ਵਿਦਵਾਨਾਂ ਅਤੇ ਵਿਚਾਰਕਾਂ ਨੇ ਔਰਤ ਨੂੰ ਘਿਰਨਾ ਪਾਈ ਅੱਖ ਨਾਲ ਹੀ ਵੇਖਿਆ। ਜਿਵੇਂ ਕਿ ਚੈਸਟਰਫੀਲਡ ਇੱਥੋਂ ਤੱਕ ਲਿਖਦਾ ਹੈ ਕਿ ਔਰਤ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਹੈ, ਕਾਰਲ ਮਾਰਕਸ ਉਸ ਨੂੰ ਬਦਲੇ ਦਾ ਦੂਜਾ ਨਾਮ ਦੱਸਦਾ ਹੈ, ਅਰਸਤੂ ਹੁਕਮ ਕਰਨਾ ਤੇ ਗੱਲ ਮਨਾਉਣ ਵਾਲੀ, ਗੋਰਖਨਾਥ ਬਗਿਆੜਨ। ਖਾਲਸਾ ਪੰਥ ਦੀ ਸਾਜਨਾ ਕਰਕੇ ਔਰਤ ਨੂੰ ਆਪਣੇ ਨਾਮ ਨਾਲ ਕੌਸ਼ ਸ਼ਬਦਾਂ ਲਿਖਿਆ ਅਤੇ ਜ਼ੁਲਮ ਦੇ ਟਾਕੇ ਕਰਨ ਦਾ ਬਲ ਬਖਸ਼ਿਆ। ਗੁਰੂ ਨਾਨਕ ਦੇਵ ਜੀ ਸਮੇਂ ਤੋਂ ਲੈ ਕੇ 18ਵੀਂ ਸਦੀ ਤੱਕ ਭਾਰਤ ਨੂੰ ਮੱਧ ਏਸ਼ੀਆ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਪੰਜਾਬੀਆਂ ਨੇ ਅਫਗਾਨਾਂ ਨੂੰ ਠੱਲ ਪਾਈ। ਮੈਂ ਇਹ ਕਵਿਤਾ ਇੱਕ ਅਜਿਹੀ ਬਹਾਦਰ ਬੀਬੀ ਹਰਸ਼ਾਂ ਕੌਰ ਦੀ ਬਹਾਦਰੀ ਨੂੰ ਸਮਰਪਿਤ ਕਰਦੀ ਹਾਂ,
ਜਿਸ ਨੇ ਅਫਗਾਨੀਆਂ ਨਾਲ ਲੋਹਾ ਲਿਆ ਅਤੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਜਮਰਾਤ ਦੇ ਗਿਰ ਵਿੱਚੋਂ ਹਜ਼ਾਰਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ, ਦੁਸ਼ਮਣ ਦਾ ਟਾਕਰਾ ਕਰਦੇ ਹੋਏ ਹਰੀ ਸਿੰਘ ਨਾਲ ਤੋਂ ਸਹਾਇਤਾ ਮੰਗਣ ਇੱਕ ਚਿੱਠੀ ਪਹੁੰਚਾਈ। ਚੇਤੇ ਰਹੇ, ਇਹ ਕਿਲ੍ਹਾ ਅਫਗਾਨੀਆਂ ਨੇ ਘੇਰਿਆ ਹੋਇਆ ਸੀ। ਤੂਰੀ ਸੌ ਦਰਜਾ ਸਾ ਬੇਟੀ ਹਿੰਦ ਦੀ ਤੀਰ ਜਾਂਦਾ ਜੀ ਨੇ ਛੱਡ ਕੇ ਕਮਾਨ ਜੀ ਕਹਿੰਦੀ ਚਿੱਠੀ ਮੈਂ ਪਹੁੰਚਾਵਾਂ ਸੱਚੇ ਪਾਤਸ਼ਾਹ ਚਾਹੇ ਰਾਸਤੇ ਚ ਦੇ ਦਿਆਂ ਪ੍ਰਾਣ ਜੀ ਲੱਖ ਕੱਸ ਕੇ ਕਮਲ ਕਸਾ ਕਰ ਲਿਆ ਮੈਰੀ ਹੱਥ ਵਿੱਚ ਫੜ ਕੇ ਰਪਾਨ ਜੀ ਖੇਡ ਰੱਬ ਦੇ ਸੀ ਵਿੱਚ ਪਿੰਡ ਵਿਖੜੇ ਚਾਰ ਅੱਗੋਂ ਆਣ ਟੱਕਰੇ ਪਠਾਨ ਜੀ ਕਹਿੰਦੇ ਔਰਤ ਭੇਸ ਮਰਦਾ ਲਿਆ ਉਹਨਾਂ ਦੀ ਸੀ ਸੀਣੀ ਨੂੰ ਪਛਾਣ ਜੀ ਬੱਚੇ ਸ਼ੇਰ ਦੀ ਸੀ ਮੁੱਖੀ ਤੋਂ ਲਵਾਰ ਦੀ ਲੱਗੀ ਪਾਪੀ ਬਾਂਬਰਾਂ ਨੂੰ ਖਾਣ ਜੀ ਉਹ ਚਾਹੁੰਦੇ ਸੀ ਗ੍ਰਿਫਤਾਰ ਕਰਨੀ ਬੀਬੀ ਲਹੂ ਦਾ ਵਧਾਣ ਲੱਗੀ ਘਾਣ ਜੀ ਚਾਰੇ ਕਰਦੇ ਪਿਆਰੇ ਅਲਾਮੀਆਂ ਨੂੰ ਇੱਕ ਛੋਟਾ ਜਿਹਾ ਘਰ ਘਮਸਾਣ ਜੀ ਗੂੜੇ ਸੰਘਣੇ ਹਨੇਰਿਆਂ ਨੂੰ ਚੀਰ ਦੀ ਪੂਜੀ ਪਾਸ ਕਿਸ਼ੋਰ ਦੀ ਬਿਆਨ ਜੀ ਪੂਜੀ ਪਾਸ ਕਿਸ਼ੋਰ ਦੀ ਬਿਆਨ ਜੀ ਧੰਨਵਾਦ। ਅੱਗੇ ਜਿਹੜਾ ਬੱਚਾ ਆ ਰਿਹਾ ਉਹ ਖਾਸ ਹੈ। ਉਹ ਖਾਸ ਇਸ ਕਰਕੇ ਹੈ ਕਿ ਉਹਦੇ ਵਿੱਚੋਂ ਕੋਈ ਗੱਲਾਂ ਉਪਜਦੀਆਂ। ਉਹ ਬੜੀ ਪਿਆਰਾ ਬੱਚਾ, ਧਰਤੀ ਜਿਹੜੀਆਂ ਸਾਰੀਆਂ ਔਰਤਾਂ ਨੇ ਉਹ ਧਰਤੀਆਂ, ਉਹਨਾਂ ਦੇ ਵਿੱਚ ਕੋਈ ਨਾ ਕੋਈ ਰੱਬ ਨੇ ਬਹੁਤ ਹੀ ਸੋਹਣੀ ਕੋਈ ਨਾ ਕੋਈ ਆਰਟ ਦਿੱਤਾ ਹੁੰਦਾ, ਕੁਛ ਨਾ ਕੁਛ ਉਹਨਾਂ ਨੂੰ ਦਿੱਤਾ ਹੁੰਦਾ ਜੋ ਕ੍ਰੀਏਟਿਵਿਟੀ ਜਿਹੜੀ ਹੈ ਉਸ ਨੂੰ ਕਾਇਮ ਰੱਖਦੀ ਹੈ। ਸੋ ਇਹ ਬੱਚਾ ਵੀ ਬਹੁਤ ਕ੍ਰੀਏਟਿਵ ਹੈ ਅਤੇ ਉਸਨੇ ਆਪਣੇ ਹੱਥੀਂ ਇੱਕ ਜੁਗਨੀ ਲਿਖੀ ਹੈ ਅਤੇ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹਨੇ। ਅਤੇ ਪਰ ਮੇਰਾ ਜੀ ਕਰਿਆ ਹੁਣ ਮੈਨੂੰ ਮਾਈਕ ਮਿਲਿਆ, ਮੈਨੂੰ ਵੀ ਕੁਛ ਨਾ ਕੁਛ ਕਹਿ ਦੇਣਾ ਚਾਹੀਦਾ। ਕਹਿ ਲਿਆ ਕਿੱਡੇ ਸਾਊ ਨੇ, ਕਿੱਡੇ ਸਾਊ ਹੈ ਸਾਡੇ ਆਡੀਅੰਸ। ਲਓ ਜੀ ਫਿਰ ਜੁਗਨੀ ਉਸੇ ਦੀ ਇੱਜ਼ਤ ਵਧਾਉਣ ਲਈ ਬੱਚੇ ਦੇ ਲਈ ਬਣਦਾ ਕਿ ਮੈਂ ਉਹਦੇ ਲਈ ਵੀ ਪਿਆਰ ਨਾਲ ਕੁਛ ਨਾ ਕੁਛ ਦੋ ਲਾਈਨਾਂ ਉਹਦੇ ਲਈ ਵੀ ਕਹਾਂ ਕਿ ਜੁਗਨੀ ਜਦੋਂ ਸ਼ਹਿਰ ਨੂੰ ਜਾਵੇ, ਠੀਕ ਹੈ ਕਿ ਨਹੀਂ ਬਣਦਾ ਨਾ, ਮੌਲ ਨੂੰ ਜਾਂਦੇ ਆ, ਗੁੱਡ ਗੁੱਡ ਜਾਬ ਜਾ ਨਹੀਂ ਜੁੜਾ ਉਹਦਾ। ਜੁਗਨੀ ਜਦੋਂ ਸ਼ਹਿਰ ਨੂੰ ਜਾਵੇ ਨੱਕ ਵਿੱਚ ਕੋਕੇ ਨੂੰ ਮਟਕਾਵੇ, ਹਾਏ ਸੁਰਮਾ ਪੂਛਾਂ ਵਾਲਾ ਪਾਵੇ, ਚਟਣੀ ਨਾਲ ਸਮੋਸੇ ਖਾਵੇ, ਵੀਰ ਮੇਰੇ ਆਵੇ ਜੁਗਨੀ ਕਹਿੰਦੀ ਹੈ ਹਾਏ ਨਾ ਵਸਾਈ ਦਾ। ਲੈਂਦੇ ਆ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਆ ਰਹੇ ਨੇ ਕਿਰਪਨ ਪ੍ਰੀਤ ਢਿੱਲੋਂ। ਮੇਰੇ ਵੱਲੋਂ ਸਾਰੇ ਪ੍ਰਬੰਧਕਾਂ, ਜੱਜ ਸਾਹਿਬਾਨ ਤੇ ਆਏ ਹੋਏ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਹ ਜੁਗਨੀ ਅੱਤ ਦੀ ਸ਼ਕੀਨੀ ਲਾਵੇ, ਉਹ ਜੀਨਾ ਨਹਿਰੋ ਬੋਟਮ ਪਾਵੇ, ਉਹ ਜੀਨਾ ਨਹਿਰੋ ਬੋਟਮ ਪਾਵੇ, ਉਹ ਮੁੰਡਿਆਂ ਨੂੰ ਉਂਗਲਾਂ ਤੇ ਨਚਾਵੇ, ਫਿਰ ਮੇਰੇ ਆ ਜੁਗਨੀ, ਫਿਰ ਮੇਰੇ ਆ ਜੁਗਨੀ ਕਹਿੰਦੀ ਆ ਬਸ, ਉਹ ਬਸ ਤੁਰਦੀ ਫਿਰਦੀ, ਬਸ ਤੁਰਦੀ ਫਿਰਦੀ ਰਹਿੰਦੀ ਆ। ਉਹ ਜੁਗਨੀ ਪੜ੍ਹਨ ਕਾਲਜ ਜਾਵੇ, ਉਂਦਰ ਵੜਦੇ ਹੀ ਭੱਠੂ ਪਾਵੇ, ਉਂਦਰ ਵੜਦੇ ਹੀ ਭੱਠੂ ਪਾਵੇ, ਉਹਦੇ ਹਰ ਮੁੰਡਾ ਡੁੱਲਦਾ, ਉਹਦੇ ਹਰ ਮੁੰਡਾ ਡੁੱਲਦਾ ਜਾਵੇ, ਪਰ ਇਗਨੋਰ ਮਾਰਦੀ, ਪਰ ਇਗਨੋਰ ਮਾਰਦੀ ਜਾਵੇ, ਫਿਰ ਮੇਰੇ ਆ ਜੁਗਨੀ, ਫਿਰ ਮੇਰੇ ਆ ਜੁਗਨੀ ਕਹਿੰਦੀ ਆ ਬਸ ਉਤਲੀ ਹਵਾ ਵਿੱਚ, ਬਸ ਉਤਲੀ ਹਵਾ ਵਿੱਚ ਰਹਿੰਦੀ ਆ। ਉਹ ਜੁਗਨੀ ਇਸ਼ਕ ਮੁਸ਼ਕਿਲਾਂ ਤੇ ਆਵੇ, ਬਿਲਕੁਲ ਵੀ ਨਹੀਂ, ਉਹ ਜੁਗਨੀ ਇਸ਼ਕ ਮੁਸ਼ਕਿਲਾਂ ਤੇ ਆਵੇ, ਬਸ ਰੱਬ ਦਾ ਨਾਮ ਹੀ ਤੇ ਆਵੇ, ਬਸ ਇੱਕੋ ਹੀ ਰੱਟ ਹੀ, ਬਸ ਇੱਕੋ ਹੀ ਰੱਟ ਹੀ ਲਾਵੇ। ਆਈ ਹੇਟ ਲਵ, ਆਈ ਹੇਟ ਲਵ ਸਟੋਰੀਜ਼, ਆਈ ਹੇਟ ਲਵ, ਆਈ ਹੇਟ ਲਵ ਸਟੋਰੀਜ਼। ਉਹ ਜੁਗਨੀ ਪੱਪਾਂ ਦੇ ਵਿੱਚ ਜਾਵੇ, ਮੈਂ ਕਿਹਾ ਕਲੱਬਾਂ ਦੇ ਵਿੱਚ, ਉਹ ਜੁਗਨੀ ਪੱਪਾਂ ਦੇ ਵਿੱਚ ਜਾਵੇ, ਉੱਥੇ ਰੈਪਾਂ ਤੇ ਚੱਲਦੀ ਜਾਵੇ, ਉਹ ਨਾਲ ਡਰਿੰਕਸ ਵੀ ਖੜਕਾਵੇ, ਫਿਰ ਮੇਰੇ ਆ ਜੁਗਨੀ, ਫਿਰ ਮੇਰੇ ਆ ਜੁਗਨੀ ਕਹਿੰਦੀ ਆ ਬਸ ਟੱਲੀ ਟੱਲੀ, ਬਸ ਟੱਲੀ ਟੱਲੀ ਰਹਿੰਦੀ ਆ। ਧੰਨਵਾਦ। ਉਠਾਂ ਵਾਲਿਓ ਵੇ ਉਠ ਲੱਤੇ ਨੇ ਕੰਗਾ ਨੂੰ, ਉਠਾਂ ਵਾਲਿਓ ਵੇ ਉਠ ਲੱਤੇ ਨੇ ਕੰਗਾ ਨੂੰ, ਚੰਦਰੀ ਦਾ ਹਾਏ ਹਾਏ ਚੰਦਰੀ ਦਾ, ਚੰਦਰੀ ਦਾ ਪੁੱਤ ਪੈਸੇ ਦਿੰਦਾ ਨੀ ਮੰਗਾ ਨੂੰ, ਚੰਦਰੀ ਦਾ ਪੁੱਤ ਪੈਸੇ ਦਿੰਦਾ ਨੀ ਮੰਗਾ ਨੂੰ। ਮੈਂ ਇਸ ਕਰਕੇ ਗਾਇਆ ਕਿ ਜਿਹੜਾ ਅਗਲਾ ਬੱਚਾ ਹੈ ਬਹੁਤ ਹੀ ਸੋਹਣਾ ਗਾਣਾ ਲੈ ਕੇ ਆ ਰਿਹਾ ਡਾਚੀ ਤੇ, ਤੇ ਆਵਾਜ਼ ਦੇ ਰਹੀਆਂ ਤੁਹਾਡੀਆਂ ਤਾੜੀਆਂ ਦੇ ਵਿੱਚ ਅੰਮ੍ਰਿਤ ਡਾਡਵਾਲ ਨੂੰ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਚੀ ਵਾ
दस जा कादा